जंगल नूं बचाउण दी लड़ाई जारी है। हालांकि दीप सिद्धू जिहड़े मरहूम ने उन्होंने बहुत पहला इस संबंधी वीडियो भी पाइया सी ते अज दीप सिद्धू दे भरा मनदीप सिद्धू इत्थे पहुंचे हुए ने साडे नाल ने। मनदीप जी जिस ढंग दे नाल अज तुसीं देख रहे हो आले दुआले बहुत वड्डी गिणती दे विच वातावरण प्रेमी पंजाब हितैषी पहुंचे ने जंगल नूं मत्तेवाड़ा नूं बचाउण दी गल चल रही है। सतलुज दरिया दे किनारे ते असीं खड़े हां, की लगता है जिहड़ी ये टैक्सटाइल पार्क है इहदी किन्नी कु जरूरत है जां फिर ये वातावरण ते मत्तेवाड़ा जंगल ते सतलुज दरिया नूं बचाउण दी लोड़? जे आपां अपनी वे बैक चले जाइए तो जिहड़ी भी इंडस्ट्री सी जां जिवें आपां थर्मल प्लांट कह लईए सीगे वो जिहड़ी मारू धरती हुंदी सी उत्थे लगदे हुंदे सी, ना कि किसी ने जिवें आपां उदों एग्रीकल्चर लैंड नूं भी नहीं इस चीज़ च यूज़ करते होंगे सी। खड़ा खड़ा जंगल कट के उत्थे इंडस्ट्रियल पार्क बनाउण नूं चाहीदी हैगी। दीप सिद्धू दीआं वीडियोज़ देखदे आं, तुसीं भी देखी आ पुरानियां वीडियोज़ ने, कि इन्नी दूर दृष्टि सी, उन्हां नूं पता सी वी इह लड़ाई सानूं लड़नी पैणी। देखो बाई ने इहदे मत्तेवाड़े दे जंगल बारे 2 साल पहलां वीडियो पाई सीगी जिहड़ी कल भी वायरल होई हैगी। ਉਹਨੂੰ ਇਹ ਚੀਜ਼ ਦਾ ਗਿਆਨ ਸੀਗਾ ਬਾਈ ਨੂੰ, ਜੇ ਆਪਾਂ ਕਹਿ ਲਈਏ ਐਂ ਉਹਦੀ ਤਾਂ ਕਰਕੇ ਹੀ ਇੰਨੀ ਫੈਨ ਫੋਲੋਇੰਗ ਸੀਗੀ ਜਾਂ ਉਹਨੂੰ ਸੁਣਦੇ ਸੀਗੇ ਵੀ ਉਹ ਆਪਾਂ ਨੂੰ ਅੱਗੇ ਵਾਲੀ ਗੱਲ ਦੱਸਦਾ ਸੀ ਵੀ ਇਹਦੇ ਆਪਣੇ 'ਤੇ ਨੁਕਸਾਨ ਕੀ ਆ, ਕਿਵੇਂ ਇਹ ਆਪਣੇ ਪੰਜਾਬ 'ਤੇ ਇਸ ਚੀਜ਼ਾਂ ਦੇ ਨੁਕਸਾਨ ਹੋਣੇ ਆ, ਕੀ ਆਪਣੀ ਕੌਮ ਨੂੰ ਇਹਦਾ ਨੁਕਸਾਨ ਹੋਣਾ ਗਾ, ਇਹੀ ਗੱਲਾਂ ਕਰਕੇ ਹੀ ਹੈਗਾ ਗਾ। ਅੱਜ ਦੀਪ ਸਿੱਧੂ ਹੁੰਦਾ ਇੱਥੇ ਹੁੰਦਾ ਜ਼ਰੂਰ? ਦੇਖੋ ਜੇ ਹੁੰਦਾ ਤਾਂ ਗੱਲ ਹੀ ਹੋਰ ਸੀਗੀ ਜੀ, ਬਾਈ ਦਾ ਘਾਟਾ ਤਾਂ ਕਿਸੇ ਤਰੀਕੇ ਨਾਲ ਵੀ ਨਹੀਂ ਪੂਰਾ ਕੀਤਾ ਜਾ ਸਕਦਾ ਗਾ। ਬਾਈ ਦੀ ਜੋ ਘਾਟ ਆ ਉਹ ਇਕੱਲੀ ਪੰਜਾਬ ਲਈ ਨਹੀਂ ਬਲਕਿ ਸਾਰੀ ਸਿੱਖ ਕੌਮ ਲਈ ਬਹੁਤ ਵੱਡਾ ਘਾਟ ਹੈਗਾ। ਤੇ ਕੋਈ ਦਿਨ ਜਾਂ ਕੋਈ ਰਾਤ ਕੋਈ ਨਹੀਂ ਹੋਣੀ ਮਿਲਦਾ ਜਦੋਂ ਯਾਦ ਉਹਦੀ ਨਾ ਹੀ ਹੋਵੇ ਜਾਂ ਲੋਕ ਫੋਨ ਕਰਕੇ ਮਿਲਦੇ ਜੁਲਦੇ ਨਾ ਹੁਣ। ਅੱਜ ਇੱਥੇ ਵੀ ਬਹੁਤ ਲੋਕ ਦੇਖ ਰਹੇ ਆ ਜਿਹੜੇ ਤੁਹਾਨੂੰ ਮਿਲ ਰਹੇ ਨੇ, ਦੀਪ ਸਿੱਧੂ ਨੂੰ ਯਾਦ ਵੀ ਕਰ ਰਹੇ। ਬਿਲਕੁਲ, ਇਹ ਤਾਂ ਬਾਈ ਦਾ ਪਿਆਰ ਹੀ ਸੀ ਜੀ ਜੋ ਬਾਈ ਨੇ ਕਮਾਇਆ ਹੈਗਾ, ਉਹਦਾ ਜਿੰਨਾ ਕੁ ਬਾਈ ਦੇ ਜੋ ਵਰਡ ਸੀਗੇ ਉਹ ਤੇ ਸਾਰਿਆਂ ਨੂੰ ਮੈਂ ਤਾਂ ਇਹੀ ਅਪੀਲ ਕਰੂੰਗਾ ਵੀ ਮੈਂ ਆਪ ਖੁਦ ਉਸ ਤੇ ਚੱਲਣ ਦੀ ਕੋਸ਼ਿਸ਼ ਕਰਦਾ, ਸਾਰਿਆਂ ਨੂੰ ਹੀ ਇਹ ਅਪੀਲ ਆ ਵੀ ਉਸ ਤੇ ਚੱਲੋ। ਬਾਈ ਆਪਣੀ ਹੋਂਦ ਦੀ ਗੱਲ ਕਰਦਾ ਸੀ, ਆਪਾਂ ਨੂੰ ਆਪਣੀ ਹੋਂਦ ਬਚਾਉਣ ਲਈ ਆਪਾਂ ਨੂੰ ਅਵੇਅਰ ਹੋਣਾ ਪਊਗਾ, ਇਹੀ ਗੱਲ ਬਾਈ ਕਰਦਾ ਸੀ ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਵੀ ਆਪਣੀ ਹੋਂਦ ਬਚਾਓ। ਜਿਹੜਾ ਇਹ ਸਰਕਾਰ ਨਾਲ ਗੱਲ ਹੋਈ ਹੈ, ਕੱਲ ਵੀ ਕੁਝ ਜਥੇਬੰਦੀਆਂ ਮਿਲੀਆਂ ਤਾਂ ਉਹਨਾਂ ਨੇ ਇੱਕ ਭਰੋਸਾ ਦਿੱਤਾ ਕਿ ਦਰਖਤ ਨਹੀਂ ਕੱਟਿਆ ਜਾਊਗਾ ਤੇ ਪਾਣੀ ਜਿਹੜਾ ਹੈ ਉਹ ਇੱਕ ਤੁਪਕਾ ਵੀ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਇੱਥੇ ਨਹੀਂ ਪਾਇਆ ਜਾਊਗਾ। ਦੇਖੋ ਸਰਕਾਰ ਨੇ ਇੱਕ ਤਰ੍ਹਾਂ ਨਾਲ ਕਹਿਤਾ ਵੀ ਇੱਥੇ ਦਰਖਤ ਨਹੀਂ ਕੱਟਾਂਗੇ, ਫਿਰ ਇੰਡਸਟਰੀ ਲਈ ਤੁਹਾਨੂੰ ਕੰਸਟਰਕਸ਼ਨ ਦੀ ਲੋੜ ਪਊਗੀ, ਕੰਸਟਰਕਸ਼ਨ ਕਿੱਥੇ ਕਰੋਗੇ ਵਿਦਆਊਟ ਕੋਈ ਵੀ ਟ੍ਰੀ ਚੌਪ ਆਊਟ ਕੀਤੇ? ਕੋਈ ਦਰਖਤ ਆਪਾਂ ਨੂੰ ਕੱਟਣੇ ਹੀ ਪੈਣਗੇ ਨਾ, ਜਗ੍ਹਾ ਤਾਂ ਬਣਾਉਣੀ ਪਊਗੀ, ਜਗ੍ਹਾ ਬਣਾ ਕੇ ਇੰਡਸਟਰੀ ਲੱਗੂਗੀ, ਇੰਡਸਟਰੀ ਲੱਗਣ ਤੋਂ ਬਾਅਦ ਉਹਦਾ ਡਰੇਨ ਜਿਹੜਾ ਵੇਸਟ ਆ ਉਹ ਕਿੱਥੇ ਕੱਢਣਗੇ? ਉਹਦੇ ਲਈ ਸਭ ਤੋਂ ਚੀਪ ਅਤੇ ਬੈਸਟ ਤਰੀਕਾ ਜਿਹੜਾ ਹੈਗਾ ਹੁੰਦਾ ਉਹਨੂੰ ਰਿਵਰਸ 'ਚ ਡਰੇਨ ਆਊਟ ਕਰਨ ਦਾ, ਤਾਂ ਇਸ 'ਚ ਉਹਨਾਂ ਨੇ ਇਹ ਪਹਿਲਾਂ ਸੋਚ ਕੇ ਹੀ ਇਹ ਜਗ੍ਹਾ ਸਿਲੈਕਟ ਕਰਦੇ ਹੈਗੇ ਵੀ ਇਹ ਆਪਣੇ ਕੋਲ ਜੰਗਲ ਆ, ਇਹ ਵੇਸਟ ਲੈਂਡ ਆ, ਇਹਨੂੰ ਕੋਈ ਉਹ ਨਹੀਂ ਗਾ, ਪਰ ਇਹ ਵੇਸਟ ਲੈਂਡ ਨਹੀਂ ਹੈਗੀ ਗੀ, ਇਹ ਦਿਸ ਇਜ਼ ਦਾ ਲਾਈਫ ਲਾਈਨ ਆਫ ਦਾ ਪੰਜਾਬ। ਜੇ ਆਪਾਂ ਕਹਿ ਲਈਏ ਆਪਾਂ ਨੂੰ ਜੇ ਹੁਣ ਗਲੋਬਲ ਵਾਰਮਿੰਗ ਸਾਰੀ ਜਿਹੜਾ ਆਪਾਂ ਜੇ ਆਪਾਂ ਉਹਨੂੰ ਇੰਟਰਨੈਸ਼ਨਲ ਲੈਵਲ 'ਤੇ ਦੇਖਦੇ ਹਾਂ, ਇਟਸ ਅ ਗਲੋਬਲ ਵਾਰਮਿੰਗ, ਆਪਣਾ ਵਾਤਾਵਰਨ ਇੰਨਾ ਸ਼ਿਫਟ ਚੇਂਜ ਹੋ ਰਿਹਾ ਹੈਗਾ, ਉਹਦਾ ਕਾਰਨ ਆ ਵੀ ਟ੍ਰੀ ਪਲਾਂਟੇਸ਼ਨ ਨਹੀਂ ਹੈਗੀ ਗੀ। ਟ੍ਰੀ ਪਲਾਂਟੇ ਜੇ ਆਪਾਂ ਉਹ ਹੋਰ ਕੱਟ ਦਾਂਗੇ ਵਿੱਚ ਗੱਲ ਕਰ ਰਿਹਾ ਵੀ ਅਸੀਂ ਹੋਰ ਪਲਾਂਟਸ ਲਾਵਾਂਗੇ, ਪਲਾਂਟਸ ਲਾਉਣੇ ਆ ਹੋਰ ਲਾ ਲਓ, ਜ਼ਰੂਰੀ ਜਿਹੜੇ ਖੜੇ ਆ ਉਹਨਾਂ ਨੂੰ ਹੀ ਕੱਟ ਕੇ ਲਾਉਣੇ ਆ। ਡਾਟਾ ਦੇਖਿਆ ਸੀ 3.67 ਜਿਹੜਾ ਪੰਜਾਬ ਦਾ ਜੰਗਲ ਹੈਗਾ ਰਹਿ ਗਿਆ ਏ, ਅਤੇ ਸਭ ਤੋਂ ਹਾਸ਼ੀਏ 'ਤੇ ਆ ਪੰਜਾਬ ਸਾਰੇ 28 ਸਟੇਟ। ਦੇਖੋ 3.6 ਜਿਹੜਾ ਤੁਸੀਂ ਪਰਸੈਂਟੇਜ ਕਹਿ ਰਹੇ ਹੋਗੇ, ਜਿਹੜਾ ਇਹਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਦਰਖਤ ਖੜੇ ਆ ਉਹਨੂੰ ਵੀ ਇਹਦੇ ਵਿੱਚ ਕਾਊਂਟ ਕਰ ਰਹੇ ਆ, ਨਾ ਕਿ ਪਰਟੀਕੂਲਰ ਇਹ ਫੋਰੈਸਟ ਏਰੀਆ ਕਾਊਂਟ ਕਰ ਰਿਹਾ। ਫੋਰੈਸਟ ਏਰੀਆ ਤਾਂ ਉਂਗਲਾਂ 'ਤੇ ਗਿਣਵੇਂ ਰਹਿ ਗਏ ਆਪਣੇ ਕੋਲ, ਉਹਨੂੰ ਜਿਹੜੇ ਸਾਡੇ ਘਰਾਂ 'ਚ ਦਰਖਤ ਖੜੇ ਆ, ਸਾਡੇ ਖੇਤਾਂ 'ਚ ਦਰਖਤ ਖੜੇ ਆ, ਸਾਡੀ ਮੋਟਰਾਂ 'ਤੇ ਦਰਖਤ ਖੜੇ ਆ, ਉਹਨੂੰ ਨਾ ਜੰਗਲ 'ਚ ਗਿਣ। ਬਹੁਤ ਧੰਨਵਾਦ ਮਨਦੀਪ ਜੀ ਗੱਲਬਾਤ ਕਰਨ ਦੇ ਲਈ। ਤਾਂ ਦੀਪ ਸਿੱਧੂ ਹੋਰਾਂ ਦੇ ਭਰਾ ਹੋਰਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਦੀਪ ਸਿੱਧੂ ਨੇ 2 ਸਾਲ ਪਹਿਲਾਂ ਵੀ ਇਹ ਗੱਲ ਆਖੀ ਸੀ ਕਿ ਸਾਨੂੰ ਇਕਜੁੱਟ ਹੋਣਾ ਪੈਣਾ, ਮੱਤੇਵਾੜਾ ਜੰਗਲ ਹੋਵੇ ਜਾਂ ਹੋਰ ਲੜਾਈਆਂ ਹੋਣ, ਪਰ ਮੱਤੇਵਾੜਾ ਜੰਗਲ ਨੂੰ ਬਚਾਉਣ ਦੀ ਜਿਹੜੀ ਲੜਾਈ ਹੈ ਉਹਦੇ ਲਈ ਇਕਜੁੱਟਤਾ ਦੀ ਵੀ ਲੋੜ ਹੈਗੀ ਹੈ ਅਤੇ ਸਰਕਾਰ ਨੂੰ ਵੀ ਇਸ ਸੰਬੰਧੀ ਸੋਚਣ ਦੀ ਜ਼ਰੂਰਤ ਹੈਗੀ ਹੈ। ਫਿਲਹਾਲ ਕੈਮਰਾਮੈਨ ਹਰਦੀਪ ਦੇ ਨਾਲ